ਅੱਜ ਕੱਲ ਫਲਾਂ ਦਾ ਜੂਸ ਟੈਟਰਾ ਪੈਕਟ ਵਿੱਚ ਪੈਕ ਹੁੰਦਾ ਹੈ ਅਤੇ ਰੋਜ਼ ਲੱਖਾਂ ਦੇ ਵਿੱਚ ਇਹਨਾਂ ਪੈਕਟਾਂ ਨੂੰ ਸੁੱਟਿਆ ਜਾਂਦਾ ਹੈ ਟੈਟਰਾ ਪੈਕ ਵਾਤਾਵਰਣ ਲਈ ਬਹੁਤ ਖਤਰਨਾਕ ਹਨ ਪਰ ਇਸ ਨੂੰ ਵੋਲਿਊਮ ਆਪਣ ਲਈ ਵਰਤਿਆ ਜਾ ਸਕਦਾ ਹੈ ਇੱਥੇ ਇੱਕ 200 ਮਿਲੀਲੀਟਰ ਦਾ ਪੈਕ ਜੋ ਕਿ ਵਰਤ ਕੇ ਸੁੱਟਿਆ ਗਿਆ ਸੀ ਵਰਤੋ ਵਿੱਚ ਲਿਆਂਦਾ ਗਿਆ ਹੈ ਫਿਰ ਸਟਰੌ ਨੂੰ ਹਟਾ ਦਿਓ ਤਿਕੋਣੀ ਫਲੈਪ ਚੁੱਕੋ ਇਸ ਨੂੰ ਪਧਰਾ ਕਰ ਲੋ ਮੋੜ ਦੇ ਨਾਲ-ਨਾਲ ਸਿਖਰ ਨੂੰ ਕੱਟ ਲਵੋ ਇਸ ਦੇ ਨਾਲ ਇੱਕ ਆਇਤਾਕਾਰ ਬਾਕਸ ਪ੍ਰਾਪਤ ਹੋਵੇਗਾ ਇਸ ਦੀ ਲੰਬਾਈ 4.6 ਸੈਂਟੀਮੀਟਰ ਚੌੜਾਈ 3.7 ਸੈਂਟੀਮੀਟਰ ਅਤੇ ਉਚਾਈ 11.9 ਸੈਂਟੀਮੀਟਰ ਹੋਵੇਗੀ ਜੇ ਤੁਸੀਂ ਇਹਨਾਂ ਨੂੰ ਗੁਣਾ ਕਰੋ ਤਾਂ ਇਹਨਾਂ ਦੀ ਉਚਾਈ ਲੰਬਾਈ ਸਾਰੀ ਮਿਲ ਕੇ 200 ਮਿਲੀਲੀਟਰ ਵਾਲੇ ਬਕਸੇ ਦੇ ਬਰਾਬਰ ਬਣ ਜਾਵੇਗੀ ਇਸ ਨੂੰ 100 ਐਮਐਲ ਤੱਕ ਭਰ ਲਵੋ ਤੇ ਟੈਟਰਾਪੈਕ ਵਿੱਚ ਪਾ ਦਿਓ ਇਹ ਅੱਧਾ ਭਰਿਆ ਹੋਵੇਗਾ 100 ਐਮਐਲ ਹੋਰ ਪਾ ਦਿਓ ਤੇ ਟੈਟਰਾਪੈਕ ਪੂਰਾ ਕਰ ਲਵੋ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਟੈਟਰਾਪੈਕ ਦੀ ਸ਼ਮਤਾ 200 ਐਮਐਲ ਹੈ ਟੈਟਰਾ ਪੈਕ ਨੂੰ ਦੋ ਹਿੱਸਿਆਂ ਵਿੱਚ ਕੱਟ ਦਿਓ ਤਾਂ ਕਿ ਉਸ ਦਾ ਮਾਪ 100 ਐਮਐਲ ਬਣ ਜਾਵੇ ਉਸ ਨੂੰ ਵੀ ਅੱਧਾ ਕੱਟ ਦਿਓ ਤਾਂ ਜੋ ਉਸ ਦਾ ਮਾਪ 50 ਐਮਐਲ ਬਣ ਜਾਵੇ ਇਸ ਤੋਂ ਬਹੁਤ ਹੀ ਸੋਹਣਾ ਫਲੈਕਸੀ ਗਲਾਸ ਬਣ ਜਾਵੇਗਾ ਟੈਟਰਾ ਕੱਪ ਨੂੰ ਪਾਣੀ ਨਾਲ ਭਰ ਲਵੋ ਅਤੇ ਪਾਣੀ ਪੀ ਜਾਵੋ ਟੈਟਰਾ ਪੈਕ ਪਾਣੀ ਪੀਣ ਲਈ ਸੁਰੱਖਿਅਤ ਹੈ ਫਿਰ ਦੂਸਰੀ ਟੈਟਰਾ ਪੈਕ ਕੱਪ ਨੂੰ ਚਪਟਾ ਕਰਕੇ ਆਪਣੀ ਜੇਬ ਵਿੱਚ ਪਾ ਲਵੋ ਤੁਸੀਂ ਇਸ ਅਦਭੁਤ ਚਪਟੇ ਹੋਣ ਵਾਲੇ ਗਲਾਸ ਨੂੰ ਆਪਣੀ ਜੇਬ ਵਿੱਚ ਤੇ ਰੱਖ ਸਕਦੇ ਹੋ ਹੁਣ ਚਪਟੇ ਹੋਏ ਟੈਟਰਾ ਪੈਕ ਉੱਪਰ ਇੱਕ ਆਰਕ ਲਗਾ ਲਵੋ ਅਤੇ ਉਸ ਨੂੰ ਕੱਟ ਲਵੋ ਫਿਰ ਉਸ ਨੂੰ ਖੋਲ ਕੇ ਕੁੱਪੀ ਦੀ ਸ਼ਕਲ ਬਣਾ ਲਵੋ ਫਿਰ ਥੱਲੇ ਵਾਲੇ ਕਿਨਾਰੇ ਵਿੱਚ ਮੋਰੀ ਕਰ ਲਵੋ ਇਹ ਬਹੁਤ ਹੀ ਵਧੀਆ ਕੁੱਪੀ ਹੋਵੇਗੀ ਜਿਸ ਨੂੰ ਚਪਟਾ ਕਰਕੇ ਜੇ ਵਿੱਚ ਪਾਇਆ ਜਾ ਸਕਦਾ ਹੈ